ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਮਨ ਸਵਾਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਇੱਕ ਨਵੀਂ ਰਿਕਰੂਟਮੈਂਟ ਲੈ ਕੇ ਆਏ ਜੋ ਕਿ ਪੰਜਾਬ ਕੋਰਟ ਦੇ ਵਿੱਚ ਨਿਕਲ ਕੇ ਆ ਚੁੱਕੀ ਹੈ ਬਹੁਤ ਹੀ ਵਧੀਆ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ ਅਲੱਗ-ਅਲੱਗ ਵੈਕੈਂਸੀਜ਼ ਨੇ ਜਿਹਦੇ ਵਿੱਚ ਅਲੱਗ-ਅਲੱਗ ਕੈਟਾਗਰੀ ਦੇ ਕੈਂਡੀਡੇਟ ਜਿਹੜੇ ਨੇ ਓਲਿਜੀਬਲ ਨੇ ਅਪਲਾਈ ਕਰ ਸਕਦੇ ਨੇ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਅਲੱਗ-ਅਲੱਗ ਐਜੂਕੇਸ਼ਨ ਦੇ ਲਈ ਵੈਕੈਂਸੀਸ ਕੱਢੀਆਂ ਗਈਆਂ ਨੇ ਤੁਸੀਂ ਅਗਰ ਫਸਟ ਟਾਈਮ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾਦਣਾ ਜਿਸ ਨਾਲ ਹਰ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇਗਾ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਉਂਗੇ ਵੈਕੈਂਸੀਜ਼ ਕਾਫੀ ਸਾਰੀਆਂ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਵੈਬਸਾਈਟ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਦੇ ਦੇਵਾਂਗਾ ਜਾਂ ਫਿਰ ਤੁਸੀਂ ਗੂਗਲ ਤੇ ਜਾ ਕੇ ਟਾਈਪ ਕਰ ਸਕਦੇ ਹੋ clory.com ਫਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਜਿਹੜੀ ਹੈ ਜੀ ਮਿਲ ਜਾਏਗੀ ਉਥੋਂ ਸਾਰੇ ਹੀ ਅਪਡੇਟ ਤੁਸੀਂ ਲੈ ਸਕਦੇ ਹੋ ਚਾਹੇ ਕਿਸੇ ਵੀ ਰਿਕਰੂਟਮੈਂਟ ਦੇ ਹੋਣ ਚ ਕੋਈ ਰਿਕਰੂਟਮੈਂਟ ਰਿਲੇਟਡ ਕੋਈ ਨਵਾਂ ਅਪਡੇਟ ਆਇਆ ਹੋਵੇ ਜਿੱਦਾਂ ਕਿ ਐਡਮਿਟ ਕਾਰਡਸ ਹੋ ਗਏ ਐਗਜ਼ਾਮੀਨੇਸ਼ਨਸ ਹੋ ਗਏ ਜਾਂ ਹੋਰ ਕੋਈ ਅਪਡੇਟ ਹੈ ਉਹ ਵੀ ਤੁਸੀਂ ਪ੍ਰੋਪਰ ਲੈ ਸਕਦੇ ਹੋ ਸੋ ਸਭ ਤੋਂ ਪਹਿਲਾਂ ਜਾ ਕੇ ਜ਼ਰੂਰ ਸਾਡੀ ਸਾਡੀ ਵੈਬਸਾਈਟ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਜੀ ਤੁਸੀਂ ਕਿਸੇ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਉਥੋਂ ਤੁਸੀਂ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਜੀ ਤੁਸੀਂ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਨੋਟੀਫਿਕੇਸ਼ਨ ਤੇ ਉਥੇ ਜਾ ਕੇ ਕੰਪਲੀਟ ਇਨਫੋਰਮੇਸ਼ਨ ਦੇਣਾ ਹੈ ਇਸ ਭਰਤੀ ਦੇ ਬਾਰੇ ਵਿੱਚ ਕਿਹੜੀ ਕਿਹੜੀ ਭਰਤੀ ਆਊਟ ਹੋਈਆਂ ਨੇ ਤੇ ਕੀ ਕੀ ਇਨਫੋਰਮੇਸ਼ਨ ਜਿਹੜੀ ਹੈ ਜੀ ਉਹ ਚ ਮੰਗੀ ਗਈ ਹੈ ਜੀ ਏ ਵੈਕੈਂਸੀਸ ਡਿਸਟ੍ਰਿਕਟ ਅਨ ਸੈਸ਼ਨ ਕੋਰਟ ਵੱਲੋਂ ਆਊਟ ਕੀਤੀਆਂ ਗਈਆਂ ਨੇ ਜੀ ਇਸ ਦੇ ਵਿੱਚ ਨੋਟੀਫਿਕੇਸ਼ਨ ਜਿਹੜਾ 18 ਅਕਤੂਬਰ 2021 ਨੂੰ ਰਿਲੀਜ਼ ਕੀਤਾ ਗਿਆ ਸੀਗਾ ਐਪਲੀਕੇਸ਼ਨ ਆਲਰੇਡੀ ਸਟਾਰਟ ਹੋ ਚੁੱਕਿਆ ਹੈ ਅਪਲਾਈ ਕਰਨਾ ਲਾਸਟ ਡੇਟ 3 ਨਵੰਬਰ 2021 ਜਿਹੜੀ ਹੈ ਜੀ ਇਸ ਦੇ ਵਿੱਚ ਰਹਿਣ ਵਾਲੀ ਹੈ ਮੇਲ ਅਤੇ ਫੀਮੇਲ ਕੈਂਡੀਡੇਟ ਦੋਨੋਂ ਹੀ इजीली एलिजिਬਲ ਨੇ ਅਪਲਾਈ ਕਰ ਸਕਦੇ ਨੇ ਲਿੰਕ ਤੁਹਾਨੂੰ ਜਿਹੜੇ ਨੇ ਇਸ ਵੀਡੀਓ ਡਿਸਕ੍ਰਿਪਸ਼ਨ ਚ ਦੇ ਦਿੱਤੇ ਗਏ ਨੇ ਕਲਰਕ ਦੀ ਵੈਕੈਂਸੀਸ ਜਿਹੜੀ ਹੈ ਜੀ ਉਹ ਆਊਟ ਹੋਈਆਂ ਨੇ ਜਿਸ ਦੇ ਵਿੱਚ 37 ਵੈਕੈਂਸੀਸ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਅਗਰ ਮੈਂ ਏਜ ਲਿਮਿਟ ਦੀ 37 ਸਾਲ ਤੱਕ ਦੇ ਕੈਂਡੀਡੇਟ ਜਿਹੜੇ ਨੇ ਉਹ एलिजिਬਲ ਨੇ ਤੇ ਅਪਲਾਈ ਕਰ ਸਕਦੇ ਨੇ ਨੈਕਸਟ ਵੈਕੈਂਸੀ ਸਟੈਨੋਗ੍ਰਾਫਰ ਦੀਆਂ 9 ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ 18 ਸਾਲ ਤੋਂ ਲੈ ਕੇ 37 ਸਾਲ ਤੱਕ ਦੇ ਕੈਂਡੀਡੇਟ ਜਿਹੜੇ ਨੇ ਉਹ एलिजिਬਲ ਨੇ ਤੇ ਅਪਲਾਈ ਕਰ ਸਕਦੇ ਨੇ ਨੈਕਸਟ ਡਰਾਈਵਰ ਦੀਆਂ 2 ਵੈਕੈਂਸੀਜ਼ ਨੇ ਜੀ 18 ਤੋਂ 37 ਸਾਲ ਤੱਕ ਦੇ ਕੈਂਡੀਡੇਟ ਨੇ ਉਹ एलिजिਬਲ ਨੇ ਤੇ ਅਪਲਾਈ ਵੀ ਕਰ ਸਕਦੇ ਨੇ ਇਸ ਦੇ ਵਿੱਚ ਸੈਲਰੀ ਦੀ ਗੱਲ ਕਰੀ ਜਾਵੇ ਤਾਂ ਕਲਰਕ ਦੀਆਂ ਵੈਕੈਂਸੀਜ਼ ਦੇ ਲਈ 10300 ਪਲੱਸ 34800 ਜਿਹੜੀ ਹੈ ਜੀ ਤੁਹਾਨੂੰ ਇਸ ਦੇ ਵਿੱਚ ਉਹ ਦਿੱਤੀ ਜਾਏਗੀ ਜਿਹੜੀ ਸੈਲਰੀ ਹੈ ਪਲੱਸ ਇਹਦੇ ਵਿੱਚ ਗ੍ਰੇਡ ਪੇ ਜਿਹੜਾ 3200 ਤੁਹਾਨੂੰ ਮਿਲੇਗਾ ਸਟੈਨੋਗ੍ਰਾਫਰ ਦੀ ਵੈਕੈਂਸੀਜ਼ ਨੇ 10300 ਤੋਂ ਲੈ ਕੇ 34800 ਪਲੱਸ 3600 ਗ੍ਰੇਡ 'ਤੇ ਤੁਹਾਨੂੰ ਜਿਹੜਾ ਜੀ ਇਸ ਦੇ ਵਿੱਚ ਦਿੱਤਾ ਜਾਣਾ ਹੈ ਡਰਾਈਵਰ ਦੀ ਵੈਕੈਂਸੀਜ਼ ਦੀ ਗੱਲ ਕਰਾਂ ਤੇ ਇਸ ਦੇ ਵਿੱਚ ਤੁਹਾਡੀ ਜਿਹੜੀ ਸੈਲਰੀ ਹੈ ਉਹ ਜਿਹੜੀ ਰਹੀ ਹੈ 6000 ਤੋਂ ਲੈ ਕੇ 20200 ਪਲੱਸ 2400 ਤੁਹਾਨੂੰ ਇਸ ਦੇ ਵਿੱਚ ਗ੍ਰੇਡ ਪੇ ਦਿੱਤਾ ਜਾਣਾ ਹੈਗਾ ਜੀ ਉਸ ਤੋਂ ਬਾਅਦ ਇਸ ਕੁਆਲੀਫਿਕੇਸ਼ਨ ਦੀ ਗੱਲ ਕਰਾਂ 10th 12th ਤੇ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਨੇ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਬਟ ਅਗਰ ਉਹਨਾਂ ਨੇ ਕਿਸੇ ਵੀ ਰੈਕੋਗਨਾਈਜ਼ ਬੋਰਡ ਜਾਂ ਯੂਨੀਵਰਸਿਟੀ ਤੋਂ ਕੀਤੀ ਹੋਈ ਇਹ ਰਿਟਨ ਐਗਜ਼ਾਮ ਦੇ ਥਰੂ ਤੇ ਸਕਿੱਲ ਟੈਸਟ ਮਤਲਬ ਡਰਾਈਵਰ ਵਾਲੇ ਕੈਂਡੀਡੇਟਸ ਔਰ ਪਲੱਸ ਜਿਹੜੇ ਕਲਰਕ ਵਾਲੇ ਕੈਂਡੀਡੇਟ ਨੇ ਹੈ ਸਟੈਨੋਗ੍ਰਾਫਰ ਉਹਨਾਂ ਲਈ ਟਾਈਪਿੰਗ ਟੈਸਟ ਵੀ ਜਿਹੜਾ ਜੀ ਹੋ ਸਕਦਾ ਹੈ ਇਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਉਹਨਾਂ ਨੇ ਐਪਲੀਕੇਸ਼ਨ ਫੀ ਜਿਹੜੀ ਹੈ ਜੀ ਉਹ ਨਹੀਂ ਮੰਗੀ ਗਈ ਹੈ ਤੁਸੀਂ ਕਿਤੇ ਵੀ ਕਿਸੇ ਤਰ੍ਹਾਂ ਦੀ ਐਪਲੀਕੇਸ਼ਨ ਫੀ ਜਿਹੜੀ ਹੈ ਜੀ ਉਹ ਪੇ ਨਹੀਂ ਕਰਨੀ ਹੈ ਸੋ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਅਗਰ ਤੁਹਾਡੇ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਫੀ ਮੰਗ ਵੀ ਰਿਹਾ ਤਾਂ ਤੁਸੀਂ ਉਹ ਪੇ ਨਹੀਂ ਕਰਨੀ ਹੈ ਬਿਲਕੁਲ ਕੋਈ ਨੋਟੀਫਿਕੇਸ਼ਨ ਦੇ ਲਈ ਕਿਸੇ ਤਰ੍ਹਾਂ ਦਾ ਜਿਹੜਾ ਐਪਲੀਕੇਸ਼ਨ ਫੀ ਹੈ ਉਹ ਨਹੀਂ ਮੰਗੀ ਗਈ ਹੈ ਜੀ ਇਸ ਦੇ ਸਿਮਪਲੀ ਤੁਹਾਨੂੰ ਐਪਲੀਕੇਸ਼ਨ ਫਾਰਮ ਜਿਹੜਾ ਹੈ ਜੀ ਉਹ ਇੱਥੋਂ ਮਿਲ ਜਾਏਗਾ ਇਸ ਲਿੰਕ ਤੋਂ ਤੁਸੀਂ ਕਲਿੱਕ ਕਰੋਗੇ ਉਹਨੂੰ ਡਾਊਨਲੋਡ ਕਰੋਗੇ ਲਾਸਟ ਵਿੱਚ ਤੁਹਾਨੂੰ ਮਿਲੇਗਾ ਐਪਲੀਕੇਸ਼ਨ ਫਾਰਮ ਤੇ ਪੀਡੀਐਫ ਫਾਰਮੈਟ ਚ ਹੋਏਗਾ ਉਹਨੂੰ ਤੁਸੀਂ ਪ੍ਰਿੰਟ ਆਊਟ ਕਢਵਾ ਲੈਣਾ ਹੈ ਜਿਹੜਾ ਕਿ ਤੁਸੀਂ ਕਿਤੋਂ ਵੀ ਕਢਵਾ ਸਕਦੇ ਹੋ ਉਹਦਾ ਪ੍ਰਿੰਟ ਆਊਟ ਕਢਵਾ ਕੇ ਪਲੇਨ ਪੇਪਰ ਦੇ ਉੱਪਰ A4 ਸ਼ੀਟ ਦੇ ਉੱਪਰ ਉਸ ਤੋਂ ਬਾਅਦ ਉਹਨੂੰ ਕਰਨਾ ਹੈ ਤੁਸੀਂ ਕੈਪੀਟਲ ਵਰਡਸ ਦੇ ਵਿੱਚ ਫਿਲ ਉਸ ਦੇ ਵਿੱਚ ਤੁਹਾਡੀ ਸਾਰੀ ਡਿਟੇਲ ਜਿਹੜੀ ਹੈ ਜੀ ਮੰਗੀ ਗਈ ਹੈ ਜਿੱਦਾਂ ਕਿ ਤੁਹਾਡੀ ਪਰਸਨਲ ਡਿਟੇਲ ਤੁਹਾਡੀ ਕੁਆਲੀਫਿਕੇਸ਼ਨ ਡਿਟੇਲ ਤੁਹਾਡਾ ਐਡਰੈਸ ਪ੍ਰੂਫ ਅਤੇ ਹੋਰ ਬਾਕੀ ਦੀ ਜਾਣਕਾਰੀ ਡਾਕੂਮੈਂਟ ਦੀ ਲਿਸਟ ਲਿਖ ਦੇਣੀ ਹੈ ਕਿਹੜੇ ਕਿਹੜੇ ਡਾਕੂਮੈਂਟ ਜਿਹੜੇ ਨੇ ਉਹ ਰਿਕੁਆਇਰਡ ਨੇ ਜਾਂ ਤੁਸੀਂ ਅਟੈਚ ਕਰ ਰਹੇ ਹੋ ਉਹ ਸਾਰੇ ਤੁਸੀਂ ਉੱਥੇ ਜਿਹੜੇ ਨੇ ਉਹ ਲਿਖ ਦੇਣੇ ਨੇ ਕਿ ਕਿਹੜੇ ਕਿਹੜੇ ਅਟੈਚ ਕੀਤੇ ਨੇ ਔਰ ਫਿਰ ਤੁਸੀਂ ਇਹਨਾਂ ਦੀ ਇੱਕ ਕਾਪੀ ਜਿਹੜੀ ਹੈ ਜੀ 셀ਫ ਟੈਸਟਡ ਕਰਕੇ ਨਾਲ ਅਟੈਚ ਕਰਕੇ ਉਹਨਾਂ ਨੂੰ ਕੋਰੀਅਰ ਥਰੂ ਸੌਰੀ ਤੁਸੀਂ ਪੋਸਟ ਤੇ ਥਰੂ ਨਾਰਮਲ ਪੋਸਟ ਤੇ ਥਰੂ ਜਿਹੜੀ ਸੈਂਡ ਕਰਨਾ ਹੋਏਗਾ ਔਰ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਐਨਵੈਲਪ ਦੇ ਉੱਪਰ ਜਿਸ ਪੋਸਟ ਲਈ ਅਪਲਾਈ ਕਰ ਰਹੇ ਹੋ ਉਸ ਪੋਸਟ ਦਾ ਜਿਹੜਾ ਹੈ ਜੀ ਤੁਸੀਂ ਨਾਮ ਹੈ ਉਹ ਲਿਖਣਾ ਹੋਏਗਾ ਔਰ ਅਗਰ ਤੁਸੀਂ ਇੱਕ ਤੋਂ ਜ਼ ਗਿਆ ਸੋ ਜਰੂਰ ਤੁਸੀਂ ਚੈੱਕ ਕਰਕੇ ਇਹਦੇ ਲਈ ਅਪਲਾਈ ਕਰਨਾ ਜੀ ਅਗਰ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੁੰਦਾ ਹੈ ਤਾਂ ਸਾਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਸਕਦੇ ਹੋ ਲਿੰਕ ਮੈਂ ਤੁਹਾਨੂੰ ਸਾਰੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੇਵਾਂਗਾ ਜਾ ਕੇ ਥਰੂ ਇੱਕ ਵਾਰੀ ਚੈੱਕ ਕਰ ਲੈਣਾ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਨੋਟੀਫਿਕੇਸ਼ਨ ਦੇ ਏਜ ਦੱਸ ਚੁੱਕਾ ਹੁਣ ਅਸੀਂ ਮਿਲਾਂਗੇ ਤੁਹਾਨੂੰ ਨਵੇਂ ਰਿਕਰੂਟਮੈਂਟ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ